ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਨਾਲ 63 ਸਾਲ ਦੀ ਔਰਤ ਨੇ ਚੁੜਵਾ ਬੱਚਿਆਂ ਨੂੰ ਜਨਮ ਦਿੱਤਾ। ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਦੱਸਿਆ ਕਿ ਜਗਤਾਰ ਸਿੰਘ ਚੁੰਨੀ ਕਲਾਂ ਜੋ ਕਿ ਟੀਚਰ ਰਿਟਾਇਰ ਹੈ ਵੱਲੋਂ ਇਹ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਮਾਸਟਰ ਜਗਤਾਰ ਸਿੰਘ ਬਾਬਾ ਜੀ ਦਾ ਸ਼ਰਧਾਲੂ ਹੈ ਅਤੇ ਹਮੇਸ਼ਾ ਸੇਵਾ ਕਰਨ ਲਈ ਉਸਦਾ ਪਰਿਵਾਰ ਹੰਸਾਲੀ ਸਾਹਿਬ ਆਉਂਦਾ ਰਹਿੰਦਾ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਸਦਾ ਇੱਕ ਪੁੱਤਰ ਗੁਰਪ੍ਰੀਤ ਸਿੰਘ ਸੀ ਅਤੇ ਇੱਕ ਲੜਕੀ ਸਰਬਜੀਤ ਕੌਰ ਹੈ। ਉਹਨਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਬਚਪਨ ਤੋਂ ਹੀ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਰਹਿੰਦਾ ਸੀ ਅਤੇ ਉਹ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦਾ ਸ਼ਰਧਾਲੂ ਹੋਣ ਕਰਕੇ ਕਈ ਗੱਲਾਂ ਭਵਿੱਖ ਦੀਆਂ ਵੀ ਕਰਨ ਲੱਗ ਪਿਆ ਸੀ ਅਤੇ ਉਹ ਕਹਿੰਦਾ ਹੁੰਦਾ ਸੀ ਕਿ ਉਹ 24 ਸਾਲ ਦੀ ਉਮਰ ਵਿੱਚ ਚਲਾ ਜਾਵੇਗਾ, ਪਰ ਉਹ ਉਸਦੀ ਗੱਲਾਂ ਨੂੰ ਅਣਗੋਲਿਆ ਕਰਦੇ ਰਹੇ। ਗੁਰਪ੍ਰੀਤ ਸਿੰਘ 20 ਅਪ੍ਰੈਲ 2015 ਨੂੰ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਕਰੀਬ 2 ਸਾਲ ਪਹਿਲਾਂ ਆਪਣੀ ਮਾਤਾ ਕੁਲਚੈਨ ਕੌਰ 63 ਸਾਲ ਨੂੰ ਸੁਪਨੇ ਵਿੱਚ ਕਿਹਾ ਕਿ ਮੈਂ ਤੁਹਾਡੇ ਘਰ ਦੁਬਾਰਾ ਜਨਮ ਲੈਣਾ ਹੈ, ਇਸ ਲਈ ਹੰਸਾਲੀ ਸਾਹਿਬ ਵਿਖੇ ਜਾ ਕੇ ਸੇਵਾ ਕਰਿਆ ਕਰੋ। ਉਸ ਤੋਂ ਬਾਅਦ ਉਹ ਹੰਸਾਲੀ ਸਾਹਿਬ ਵਿਖੇ ਬਾਬਾ ਜੀ ਦੇ ਆਸ਼ੀਰਵਾਦ ਲੈਣ ਆਉਂਦੇ ਰਹਿੰਦੇ ਸਨ ਅਤੇ ਬਾਬਾ ਜੀ ਦੀ ਕਿਰਪਾ ਨਾਲ ਉਹਨਾਂ ਦੇ ਘਰ ਜੁੜਵਾ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਨੇ ਜਨਮ ਲਿਆ। ਦੋਨੋਂ ਬੱਚੇ ਤੰਦਰੁਸਤ ਹਨ। ਅੱਜ ਬੱਚੇ ਨੇ ਜਨਮ ਲਿਆ ਜਿਹਦਾ ਜੁੜਵੇਂ ਬੱਚਿਆਂ ਨੇ ਇੱਕ ਲੜਕਾ ਲੜਕੀ ਲੜਕੀ ਦਾ ਲੜਕੇ ਦਾ ਨਾਂ ਹੈ ਆਪਣਾ ਗੁਰਸਾਹਿਬ ਸਿੰਘ, ਲੜਕੀ ਦਾ ਨਾਂ ਹੈ ਜਪਮਨ ਕੌਰ। ਇਹ ਅਸੀਂ ਕੁਛ ਸਾਲ ਪਹਿਲਾਂ ਬਾਬਾ ਜੀ ਕੋਲ ਆਏ ਤੇ ਸਾਲ ਡੇਢ ਸਾਲ ਦੇ ਪਹਿਲਾਂ ਦੀ ਗੱਲ ਹੈ ਇਹ, ਤਾਂ ਬਾਬਾ ਜੀ ਨੇ ਸਾਨੂੰ ਆਸ਼ੀਰਵਾਦ ਦਿੱਤੀ ਵੀ ਉਹ ਲੜਕਾ ਜਿਹੜਾ ਤੁਹਾਡਾ ਪਹਿਲਾਂ ਚੜ੍ਹਾਈ ਕਰ ਗਿਆ ਸੀ ਗੁਰਪ੍ਰੀਤ ਸਿੰਘ ਉਹ ਵਾਪਸ ਆਓ, ਅਤੇ ਉਹਨਾਂ ਦੀ ਕਿਰਪਾ ਦੇ ਸਦਕਾ ਇਹ ਅੱਜ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਦਾ 24 ਅਪ੍ਰੈਲ 2000 ਆਪਣੇ 18 ਨੂੰ ਅਖੰਡ ਪਾਠ ਸਾਹਿਬ ਦਾ ਹੰਸਾਲੀ ਸਾਹਿਬ ਵਿਖੇ ਭੋਗ ਗੁਰੂ ਬਾਬਾ ਜੀ ਦੇ ਹੁਕਮ ਅਨੁਸਾਰ ਭੋਗ ਪਾਇਆ, ਅਤੇ ਹੁਣ ਅਸੀਂ ਬਾਬਾ ਜੀ ਦੀ ਬਹੁਤ ਤਹਿ ਦਿਲ ਤੋਂ ਧੰਨਵਾਦੀ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਬੱਚੇ ਨੇ ਲਿਆ। ਜਿਹੜਾ ਪਹਿਲਾ ਬੱਚਾ ਸੀ ਉਹਦਾ ਨਾਂ ਸੀ ਗੁਰਪ੍ਰੀਤ ਸਿੰਘ, ਉਹ ਸੰਤ ਸਿੰਘ ਮਸਕੀਨ ਦੇ ਬਹੁਤ ਉਪਾਸਕ ਸੀ ਅਤੇ ਬਾਬਾ ਜੀ ਕੋਲ ਵੀ ਇੱਥੇ ਆਉਂਦੇ ਰਹਿੰਦੇ ਸੀ ਅਤੇ ਉਹਨਾਂ ਨੂੰ ਭਗਤੀ ਲਹਿਰ ਨਾਲ ਕਾਫੀ ਲਗਾਓ ਹੋ ਗਿਆ ਅਤੇ ਉਹਨਾਂ ਨੇ ਉਹਨਾਂ ਨੂੰ ਬੀ ਫਾਰਮੇਸੀ ਵਿੱਚ ਵੀ ਪਾਇਆ ਅਤੇ ਬੀ ਫਾਰਮੇਸੀ ਉਹਨੇ ਕਰ ਲਈ, ਉਹਦੀ ਦੁਕਾਨ ਵੀ ਕਰਾਈ, ਲੇਕਿਨ ਉਹਦਾ ਮਨ ਜਿਹੜਾ ਆਪਣੇ ਦੁਨਿਆਵੀ ਗੱਲਾਂ 'ਚ ਨਹੀਂ ਲੱਗਿਆ ਤਾਂ ਉਹ ਭਗਤੀ ਲਹਿਰ ਕੰਨੀ ਨੂੰ ਹੀ ਚਲੇ ਗਿਆ ਅਤੇ 1 ਸਾਲ ਪਹਿਲਾਂ ਉਹਨੇ ਸਾਨੂੰ ਦੱਸਿਆ ਕਿ ਜਿਹੜੀ ਮੇਰੀ ਜਿਹੜੀ ਉਮਰ ਹੈ ਉਹ 24 ਸਾਲ ਹੈ। ਉਹਦਾ 24 ਅਪ੍ਰੈਲ ਨੂੰ ਜਨਮਦਿਨ ਸੀ ਅਤੇ 20 ਅਪ੍ਰੈਲ 2015 ਨੂੰ ਉਹ ਅਚਨਚੇਤ ਚੋਲਾ ਤਾਗ ਗਿਆ ਅਤੇ ਉਹਦੀ ਜਿਹੜੀ ਉਮਰ ਹੈ ਲਗਭਗ 24 ਸਾਲ ਹੀ ਬਣੀ ਅਤੇ ਆਉਣ ਵਾਲੀਆਂ ਗੱਲਾਂ ਉਹ ਪਹਿਲਾਂ ਦੱਸ ਦਿੰਦਾ ਸੀ ਵੀ ਕੀ ਹੋਣਾ, ਇਹ ਉਹਨਾਂ ਦੀ ਉਹ ਪਰਮਾਤਮਾ ਵੱਲੋਂ ਕੁਛ ਅਸੀਂ ਬਾਬਾ ਜੀ ਵੱਲੋਂ ਕਹਿ ਲਓ ਪਰਮਾਤਮਾ ਵੱਲੋਂ ਕਹਿ ਲਓ। ਕਿੰਨੀ ਉਮਰ 'ਚ ਹੋਏ ਨਾ ਬੱਚੇ ਤੁਹਾਡੇ? ਇਹ ਉਮਰ ਹੋਈ ਜੀ 63 ਸਾਲ। ਮੇਰਾ ਖਿਆਲ ਸਾਨੂੰ ਮੇਰੀ ਪਤਨੀ ਨੂੰ ਸੁਪਨੇ ਦੇ ਵਿੱਚ ਕੋਈ 1.5 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਦਿਖਿਆ ਜਿਹੜਾ ਲੜਕਾ ਸਵਰਗਵਾਸ ਹੋ ਗਿਆ ਸੀ। ਮੰਮੀ ਮੈਂ ਮੁੜ ਇਸੇ ਘਰ ਵਿੱਚ ਜਨਮ ਲੈਣਾ ਅਤੇ ਅਸੀਂ ਉਪਰਾਲਾ ਕੀਤਾ, ਉਪਰਾਲੇ ਤੋਂ ਬਾਅਦ ਇਹਨਾਂ ਬੱਚਿਆਂ ਨੇ ਜਨਮ ਲੈ ਲਿਆ। ਬਾਬਾ ਜੀ ਦਾ ਜਿਹੜਾ ਸਾਨੂੰ ਬਹੁਤ ਹੀ ਆਸ਼ੀਰਵਾਦ ਹੈ, ਇਹਨਾਂ ਦੀ ਆਸ਼ੀਰਵਾਦ ਸਦਕਾ ਹੀ ਸਭ ਕੁਛ ਜਿਹੜਾ ਸਾਨੂੰ ਪ੍ਰਾਪਤ ਹੋਇਆ। ਅਸੀਂ ਇਹਨਾਂ ਦੇ ਕੋਟ ਕੋਟ ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।